सबसक्राइब करो साडा चैनल संताली नामा ते हर नवी वीडियो दी नोटिफिकेशन प्राप्त करन ले घंटी दा बटन जरूर दबाओ। जेड़ा मैनु पुछड़ा मेरे बाल भी आ गल्ला होई हां मैनु कहला डाले दिस के को का डाले गल लगा फड़ने वाली गल है मेनू ना तनूर के नहीं फड़ना जी हां और के नहीं फड़ना और कल बस आलो तुझे फड़ना को थाले ओ मर गए तुझे कल जमे जे फड़ने वाले है हां जेड़े मरने वाले मर गए गल लगा गए तुझे का करदे बड़ा मंदिर है पिछला मेरी उम्र 95 साल दी हो गई 22-23 साल दा था मैं जिस वक्त 47 दा हल्ला पिया। अच्छा 47 दा हल्ला तुसीं बिल्कुल जानदे हां मगर गडासियां लै के घूमदे सारे मोर्चा लग्या साडा मुसलमानां दे नाल। अच्छा जी हां लड़ाई होई चंगी तो बड़े टुके आप भी बच्चो साडे भी बड़े भी बड़े ये भी गल पुछदे आ हां मोर्चा लग्या अपने पिंड बारे दसो हां पुछो कि जेड़ा ये सरथली पिंड सीगा हां जी इत्थे भी मुसलमान सीगे हां इत्थे सीगे मुसलमान गुजर मुसलमान सुन्नी सुन्नी नाम पुछो मेरे साहबदीन एक लाल दीन ਉਹਨਾਂ ਦਾ ਗੋਤ ਵੀ ਹੈ ਉਹਦੇ ਬੜਾ ਬੁਰੂ ਤੇ ਇਦਾਂ ਦੇ ਗੋਤ ਤੇ ਉਹਨਾਂ ਦਾ ਬਾਲਕ ਕੋਈ ਗੱਲ ਨਹੀਂ ਮੈਨੂੰ ਜੀ ਜੀ ਤੇ ਤਾਂ ਫਜਲਾ ਅੱਛਾ ਜੀ ਤੇ ਗੁਲਾਮ ਨਬੀ ਜੀ ਤੇ ਫਕੀਰੀਆ ਠੀਕ ਤੇ ਨੂਰਦੀਨ ਜੀ ਤੇ साहबदीन साहबदीन होर तां इक होर है दो साहबदीन इक साहबदीन तां बड़ा चोटी दा दरहौरे रहंदे ते उधरे वो पहले रहंदे ते उधर उहनां दा इत्थे वी रहंदे ते उधर भोट डाक्टर ते उधर चले गए हल्ला जी दे मसीतां दो सगियां इक ओह कह गई इक इधर कायम आ थोड़ी जिही देखी आ ते बाबा जी किद्दां दा तुहाडे नाल मेल जोल सी इहनां दा साडा उहनां नाल बहुत तल्लक था खास यार सारे ही थे इज्जत करते थे सारे जिन्ने भी थे किसी ना प्यार हुंदा जिद्दां किसी खास नाल प्यार तो साडा वैसे सारे नाल तो असमैर जी गुलामू जी खेतीबाड़ी भी करते सी खेतीबाड़ी करते सारे
ਕੋਈ ਲਾਹੌਰ ਨੌਕਰੀ ਵੀ ਕਰਦੇ ਸੀ ਨੌਕਰੀਆਂ ਬਾਹਰ ਕਰਦੇ ਤੇ ਕੋਈ ਪੁਲਿਸ ਵਿੱਚ ਕੋਈ ਕਾਫੀ ਚ ਕੋਈ ਘਰ ਉਹਨਾਂ ਦੇ ਚੰਗੇ ਤਕੜੇ ਸੀ ਵਿੱਚ ਵਿੱਚ ਤਕੜੇ ਤੇ ਵਿੱਚ ਮਾੜੇ ਵੀ ਥੇ ਸਭ ਤੋਂ ਵਧੀਆ ਘਰ ਕਿਹਦਾ ਸੀਗਾ ਸਭ ਤੋਂ ਵਧੀਆ ਸਾਹਬਦੀਨ ਜਿਹੜਾ ਤੁਹਾਨੂੰ ਲਿਖਾਇਆ ਮੈਂ ਘੋੜੀ ਘਾੜੀ ਰੱਖੀ ਵੀ ਸੀ ਠੀਕ 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 ਉਹ ਖਾ ਉਹਨੂੰ ਜ਼ਮੀਨ ਉੱਧਰ ਦੀ ਪਰ ਬਾਬਾ ਜੀ ਇਸ ਪਿੰਡ ਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਆ ਸਰਥਰੀ ਦੇ ਨਾਲ ਇਹਦੇ ਨਾਲ ਸਾਡੇ ਆ ਭੱਟੋ ਲੱਗ ਗਿਆ ਨਾਲ ਹੀ ਬੋਲੇ ਅੱਗੇ ਅੱਗ ਲੱਗ ਗਿਆ ਇਹ ਭੱਟੋ ਮੇਰੇ ਖਿਆਲ ਸਿੱਖਾਂ ਦਾ ਪਿੰਡ ਸੀਗਾ ਜੱਟ ਮਿੱਸਾ ਹੀ ਹੈਗਾ ਜੱਟਾਂ ਦਾ ਜੱਟਾਂ ਦਾ ਪਿੰਡ ਚੁੱਪ ਵੀ ਹੈਗੇ ਆ ਧਰਮੀ ਵੀ ਹੈਗੇ ਠੀਕ ਤੇ ਬਾਕੀ ਮਿੱਸਾ ਹੀ ਪਿੰਡ ਆ ਉੱਥੇ ਮਿੱਸਾ ਆ ਤਾਂ ਤੁਮਾ ਹੋਰ ਕਿਹੜੇ ਪਿੰਡ ਆ ਤੇ ਆ ਭੋਗੀ ਪਰ ਚਲੇ ਗਿਆ ਨਾਲ ਹੀ ਇਹ ਮੁਸਲਮਾਨਾਂ ਦਾ ਸੀ ਨਹੀਂ ਇਹ ਤਾਂ ਮੁਸਲਮਾਨ ਕੋਈ ਨਹੀਂ ਹੈ ਇਹ ਵੀ ਸਿੱਖਾਂ ਦਾ ਕੋਈ ਆ ਜੱਟ ਸਿੱਖ ਹੀ ਜੇ ਵੀ ਇਹ ਵੀ ਜੱਟ ਸਿੱਖ ਜੀ ਜੀ ਤੇ ਤੇਲੀ ਤੂਲੀ ਦਾ ਇੱਕ ਅੱਧਾ ਘਰ ਹੋਊਗਾ ਨਹੀਂ ਹੋਰ ਕੋਈ ਨਹੀਂ ਭੱਟੋ ਵੀ ਸੀ ਮੁਸਲਮਾਨ ਦੋ ਘਰ ਤੇਲੀਆਂ ਦੇ ਭੱਟੋ ਉਹ ਵੀ ਚਲ ਗਏ ਉਹ ਚਲੇ ਗਏ ਇੱਕ ਘਰ ਹੈਗਾ ਇੱਥੇ ਹਾਂ ਜਮਾਲਦੀਨ ਕਿਹਾ ਕਮਾਲਦੀਨ ਉਹਦੇ ਕੋਈ ਬਜ਼ੁਰਗ ਹੈਗਾ ਉਹਦਾ ਇੱਥੇ ਰਹਿੰਦਾ ਹੈਗਾ ਮੇਰਾ ਖਿਆਲ ਜਮਾਲ ਜਮਾਲਾ ਜਮਾਲਾ ਹੈਗਾ ਹੈ ਨਹੀਂ ਮਰ ਗਿਆ ਉਹ ਵੀ ਅਤੇ ਬਾਕੀ ਇੱਧਰ ਆ ਜਾਓ ਗਰੇਆਲ ਗਰੇਵਾਲ ਗਰੇਆਲ ਗਰੇਆਲ ਗੜੇਆਲ ਗਰੇਆਲ ਗੜਾ ਆਲ ਠੀਕ ਹੈ ਜੀ ਠੀਕ ਹੈ ਉਹਦੇ ਨਾਲੇ ਧਮਾਣੇ ਧਮਾਣਾ ਹਾਂ ਗੋਲੂ ਮਾਜਰਾ ਧਮਾਣੇ ਗੋਲੂ ਦੋ ਬਾਸ ਹੈ ਉਹ ਇਹ ਸਾਰੇ ਸਿੱਖਾਂ ਦੇ ਪਿੰਡ ਨਾ ਜੱਟਾਂ ਦੇ ਆ ਵਿੱਚ ਜੱਟਾਂ ਦੇ ਆ ਵਿੱਚ ਸਿੱਖ ਵੀ ਆ ਜਾਂਦੇ ਵਿੱਚ ਮੋਨੇ ਵੀ ਹੈਗੇ ਆ ਜੀ 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 ਤੇ ਲਾਉਦੇ ਮਾਜਰਾ ਵੀ ਹੈਗਾ ਅੱਗੇ ਉਹ ਪਰੇ ਉਹ ਧਮਾਣੇ ਦੇ ਪਲ ਪਲ ਲਾਉਦੇ ਨਾਲੇ ਹੀ ਆ ਖੜ ਦੇ ਉਹ ਉੱਥੇ ਵੀ ਜੱਟ ਸਿੱਖ ਹੈਗੇ ਆ ਤੇ ਰਧਾਵੇ ਵੀ ਹੈਗੇ ਉੱਥੇ ਚਾਰ ਪੰਜ ਘਰ ਹੈਗੇ ਆ ਰਧਾਵਿਆਂ ਦੇ ਅੱਛਾ ਚਲੋ ਖੈਰ 47 'ਚ ਕੀ ਹੋਇਆ ਇਹ ਦੱਸੋ ਇਸ ਪਿੰਡ 'ਚ 47 'ਚ ਹਾਂਜੀ 47 ਵਿੱਚ ਇੱਕ ਪਿੰਡ ਹੈਗਾ ਪਰੇ ਸਸਕੌਰ ਦੇ ਨਾਲ ਪਿੰਡ ਹੈ ਦੰਡੂਰ ਪੱਟੇ ਅੱਗੇ ਉੱਥੇ ਕੁਛ ਮੁਸਲਮਾਨਾਂ ਦੀ ਆਪਸ ਵਿੱਚ ਹੀ ਛੇੜ ਛੂੜ ਹੋ ਗਈ ਜਿਹੜੇ ਉੱਥੇ ਉੱਥੇ ਦੇ ਆਪਣੇ ਕੇਸਗੜ੍ਹ 'ਤੇ ਕੋਈ ਸੁਣਿਆ ਉਹਨਾਂ ਨੇ ਵੀ ਐਂ ਸਿੱਟਿਆ ਇੱਥੇ ਦੀ ਗੋਲੀ ਚਾਰਜ ਹੋਈ ਇੱਥੇ ਵੀ ਮੁਸਲਮਾਨਾਂ ਨੂੰ ਹੈ ਵੀ ਪਾਕਿਸਤਾਨ ਬਣ ਜਾਣਾ ਇੱਥੇ ਆਇਆ ਹੋ ਜਾਣਾ ਹੋ ਜਾਣਾ ਆਇਆ ਹੋ ਜਾਣਾ ਅਤੇ ਹੁੰਦਾ ਰੌਲਾ ਜੀ ਪੈਂਦਾ ਪੈਂਦਾ ਜੀ ਉਹ ਸਾਰੇ ਫੈਲ ਗਿਆ ਫੈਲ ਗਿਆ ਅਤੇ ਉਸ ਟਾਈਮ ਫਿਰ ਫੈਲ ਗਿਆ ਫਿਰ ਇੱਥੇ ਵੀ ਗਾਹਾਂ 'ਤੇ ਗਾਹਾਂ ਸੁਣ ਤੋਂ ਜਿੱਦਾਂ ਦੁਸ਼ਮਣੀ ਹੋ ਜਾਂਦੀ ਗਾਹਾਂ 'ਤੇ ਗਾਹਾਂ ਫਿਰ ਜਿਹੜੇ ਪਿੰਡ ਦੇ ਮੁਸਲਮਾਨ ਸਾਡੇ ਇੱਥੇ ਗਏ ਆ ਸਾਰਿਆਂ ਨੂੰ ਮਿਲ ਕੇ ਗਏ ਬਈ ਉਹਨਾਂ ਨੂੰ ਇਹ ਸੀ ਵੀ ਆਹ ਸਾਡਾ ਸਮਾਨ ਫੜੋ ਵਿੱਚ ਕਹਿੰਦੇ ਆਹ ਲਓ ਆਹ ਕੁੱਪਰੇ ਦੇਖਿਓ ਸਾਡੇ ਡੰਗਰ ਪਏ ਆ ਖੜ੍ਹੇ ਆ ਇੱਦਾਂ ਜਿੱਦਾਂ ਜਿੱਦਾਂ ਲਿਹਾਜ਼ ਕਿਸੇ ਨਾਲ ਠੀਕ ਉਹਨਾਂ ਨੂੰ ਸੰਭਾਲ ਗਏ ਅਤੇ ਉਹ ਫਿਰ ਉਹ ਚਲੇ ਗਏ ਕਰਾਲੀ ਕੁਛ ਚਲੇ ਕਰਾਲੀ ਕੈਂਪ ਲੱਗਿਆ ਉੱਥੇ ਦੇ ਕੁਛ ਬੰਦੇ ਧਮਾਣਿਆਂ ਦੇ ਨਾਲ ਪਰੇ ਖਟਾਣੇ ਆ ਉੱਥੇ ਮਸੀਤ ਹੈ ਉੱਥੇ ਉਹ ਕੈਂਪ ਇਕੱਠੇ ਹੋ ਗਏ ਜਿਹੜੇ ਬੰਦੇ ਉਹ ਜੇ ਦੇਖਣ ਲੜਾਈ ਕਰਦੇ ਨੂੰ ਉੱਥੇ ਉਹਨਾਂ ਨੇ ਫਿਰ ਮੁਸਲਮਾਨਾਂ ਨੇ ਦਰਿਆ ਟੱਪ ਕੇ ਆ ਕੇ ਜਿਹੜੇ ਉਹ ਜੇ ਲਾਡੇ ਵਾਲੇ 'ਚ ਵੀ ਅਸੀਂ ਅੱਗ ਲਾ ਦੇਣੀ ਇੱਥੇ ਪਹਿਲਾਂ ਪਿੰਡਾਂ ਨੂੰ ਅਤੇ ਬੱਕੀਆਂ ਖੜੀਆਂ ਸੀ ਤਾਂ ਉਸ ਟਾਈਮ ਫਿਰ ਉਹ ਰਾਤ ਨੂੰ ਫਿਰ ਧਮਾਣੇ ਹੈਗੇ ਨੇੜ ਖਚਾਣੇ ਨੂੰ ਜਿਲ੍ਹਾ ਦੇ ਘਰ ਉਹਨਾਂ ਫੂਕ ਦਿੱਤੇ ਦੋ ਤਿੰਨ ਕੋ ਉਹਨਾਂ ਨੇ ਮੁਸਲਮਾਨਾਂ ਰਾਤ ਨੂੰ ਆ ਕੇ ਫਿਰ ਜੀ ਇੱਧਰ ਤਾਂ ਫਿਰ ਰੌਲਾ ਪੈ ਗਿਆ ਗਾਹਾਂ 'ਤੇ ਗਾਹਾਂ ਇੱਧਰ ਫਲੇ ਉਨੇ ਵੱਲ ਇੱਧਰ ਗਾਹਾਂ ਦਰਿਆ 'ਤੇ ਫਲਿਆ ਗਾਹਾਂ ਸਾਰਾ ਰੌਲਾ ਪੈ ਗਿਆ ਵੀ ਇੱਦਾਂ ਕਰਕੇ ਐਂ ਕਰਕੇ ਵੀ ਐਂ ਕਰਕੇ ਫਿਰ ਭਾਈ ਉਹਨਾਂ ਨਾਲ ਹਮਲਾ ਕਰ ਦੇਣਾ ਇੱਧਰ ਗਾਹਾਂ ਨੂੰ ਵੀ ਕਰ ਦੇਣਾ ਗਾਹਾਂ 'ਤੇ ਗਾਹਾਂ ਵੀ ਕਿਆ ਹੋ ਸਕਦਾ ਫਿਰ ਕਿਸੇ ਨੇ ਇਹ ਫਿਰ ਕਿਸੇ ਨੇ ਇਹ ਕਿਹਾ ਵਾ ਤਾਂ ਉਹਨਾਂ ਨੂੰ ਅਸੀਂ ਜਿੰਨੇ ਵੀ ਅੱਗੇ ਜਿੰਨੇ ਪਿੰਡ 'ਤੇ ਉੱਪਰ ਦੇ ਸਾਰੇ ਇੱਥੇ ਇਕੱਠੇ ਹੋ ਗਏ ਉੱਥੇ ਇਕੱਠੇ ਹੋ ਗਏ ਭਾਈ ਅੱਜ ਚੜ੍ਹਾਈ ਉਹਨਾਂ ਪਰ ਨੂੰ ਕਰਦੀ ਹੈ ਤੁਸੀਂ ਨਾਲ ਗਏ ਹਾਂ ਨਾਲ ਗਏ ਨਾਲ ਤਾਂ ਮੈਂ ਵਿੱਚ ਹਾਂ ਲੜਾਈ ਹੋਈ ਕਿ ਪੌੜੀਆਂ ਸੀਗੀਆਂ ਇੱਕ ਪਾਸਾ ਮਸੀਤ ਸੀ ਬੜੀ ਭਾਰੀ ਇੱਕ ਪਾਸਾ ਪੌੜੀਆਂ ਚੜ੍ਹਦੇ ਨੂੰ ਚੌਂਦਰਾ ਉੱਚਾ ਪਹਾੜ ਵਿੱਚ ਆ ਇੱਧਰ ਨਾਲੇ ਮਸੀਤ ਹੈ ਉਹਨੂੰ ਦੇਖਣੀ ਆ ਉਹ ਜਦ ਚੜ੍ਹੇ ਇੱਕ ਪਾਸਾ ਉੱਪਰ ਤਾਂ ਫਿਰ ਉਹ ਖੁਆੜੇ ਗਡਾਸੀਆਂ ਲੈ ਕੇ ਆਓ ਆਓ ਤੂੰ ਕਾਫਰ ਹੁੰਦੀ ਅਤੇ ਕਾਫਰ ਆ ਸਾਡੇ ਸਾਹਮਣੇ ਪੱਥਰ ਚੌਥ ਹੁੰਦੀ ਰਹੀ ਪਿੰਡ ਸੀਗਾ ਆਪਣੇ ਖਟਾਣੇ ਖਟਾਣੀ ਅਤੇ ਫਿਰ ਅਸੀਂ ਫਿਰ ਜਦ ਉੱਪਰ ਤੇ ਉਹਨਾਂ ਦਾ ਢੇਰ ਲਾਵੇ ਪੱਥਰਾਂ ਦੇ ਫਿਰ ਜਦ ਦੁਸ਼ਮਣੀ ਹੋ ਗਈ ਫਿਰ ਤਾਂ ਹੋ ਜਾਂਦੀ ਹੈ ਫਿਰ ਉੱਪਰ ਤੇ ਉਹਨਾਂ ਦਾ
ਨਾਲੇ ਗਾਲਾਂ ਕੱਢੀ ਗਏ ਇੱਕ ਦੂਜੇ ਨੂੰ ਪਿੰਡਾਂ ਦੇ ਇਕੱਠੇ ਹੋਏ ਸਾਡੇ ਨਾਂ ਲੈ ਕੇ ਫਲਾਣਾ ਆ ਕੋ ਫਲਾ ਪਛਾਣਦੇ ਸੀ ਹਾਂ ਪਛਾਣਦੇ ਸੀ ਹਾਂ ਅਸੀਂ ਵੀ ਜਦ ਫਲਾਣਾ ਫਲਾਣ ਸਾਨੂੰ ਵੀ ਪਤਾ ਫਲਾਣੇ ਫਲਾਣੇ ਬੰਦੇ ਸਾਡੇ ਅਸੀਂ ਜਦ ਮਰੇ ਵੀ ਤੁਹਾਡੇ ਸਰਸਰੀ ਦੇ ਵੀ ਸੀਗੇ ਵਿੱਚ ਹਾਂ ਥੇ ਤੁਹਾਡਾ ਨਹੀਂ ਨਾਂ ਲਿਆ ਕਿਸੇ ਨੇ ਨਾਂ ਲੈ ਲਈ ਗਏ ਓਹੋ ਅੱਛਾ ਲਈ ਗਏ ਨਾਂ ਇੱਕ ਮੈਂ ਅੱਗ ਲੱਗਿਆ ਲਾਣ ਇਸ ਤਰ੍ਹਾਂ ਉਹਨਾਂ ਸਿੱਟੀ ਵੀ ਸੀ ਚੌਂਤਲੀ ਏਦਾਂ ਥੱਲੜ ਪੱਲੜ ਮੇਰੇ ਕੋਲ ਸੀ ਬੋਤਲ ਤੇਲ ਦੀ ਇੱਕ ਹੱਥ ਸੀ ਮੇਰਾ ਬਰਸ਼ਾ ਮੈਂ ਐਂ ਫੜ ਕੇ ਉਹਨੂੰ ਪੱਲਣ ਨੂੰ ਅੱਗ ਲੱਗਿਆ ਲਾਣ ਉੱਪਰ ਤੇ ਮੇਰਾ ਪੱਥਰ ਆ ਵੱਜਿਆ ਇਹ ਬੋਲਦੇ ਪਰੇ ਪੱਥਰ ਮਾਰਿਆ ਉੱਪਰ ਪੱਥਰ ਉੱਚੇ ਸੋ ਨਾ ਉੱਪਰ ਪਹਾੜੀ ਦਾ ਬਾਕੀ ਜੇ ਮੈਨੂੰ ਲੱਭ ਗਿਆ ਲੁਕ ਜਾ ਉਹਦੇ ਹੋ ਜਾ ਮੈਂ ਫਿਰ ਨੱਠ ਕੇ ਦਵਾ ਸਾਡੇ ਮੈਂ ਦੂਰ ਹੋ ਗਿਆ ਫਿਰ ਮੈਂ ਹੁੰਦੀ ਰਹੀ ਜਿੱਦ ਵਜੇ ਤੇ ਮਾਕਰ ਧੀਕੜ ਜਿਸ ਵਕਤ ਉਹਨਾਂ ਦੀ ਫਿਰ ਦੋ ਤਿੰਨ ਵਾਰੀ ਹੱਲਾ ਕੀਤਾ ਇੱਕ ਸੰਘ ਦੇ ਬੰਦੇ ਤੇ ਇੱਥੇ ਤਖ਼ਤ ਕਰਦੇ ਸੰਘ ਜਿਹਨੂੰ ਕਹਿੰਦੇ ਆ ਬਾਹਮਣ ਦਾ ਕੋਈ ਉਹਨੇ ਆਪਣਾ ਭੱਦ ਕਰਾਇਆ ਬੰਦਾ ਸਿਰ ਦਾ ਉਹ ਵੀ ਚੜ੍ਹਿਆ ਕਹਿੰਦਾ ਆਓ ਉੱਪਰ ਨੂੰ ਚੜ੍ਹੀ ਪੌੜੀ ਰਸਤਾ ਇੱਕ ਹੁਣ ਇੱਕ ਉੱਪਰ ਖੜ੍ਹਾ ਇੱਕ ਰਸਤੇ ਚੱਲ ਲਾ ਫਿਰ ਉਹਦਾ ਕਿਆ ਯਤਨ ਹੋ ਸਕਦਾ ਉੱਪਰ ਦੇ ਤਾਂ ਮਾੜਾ ਵੀ ਉਹਦਾ ਵੀ ਮਾਰ ਦਿੰਦਾ ਦੋ ਤਿੰਨ ਚੜ੍ਹਾਈਆਂ ਹੋਈਆਂ ਜੀ ਦੋ ਹੱਲੇ ਹੋਏ ਮੁੜ ਕੇ ਫਿਰ ਨੱਠੇ ਥੱਲੇ ਨੂੰ ਤਾਂ ਵੀ ਇੱਕ ਵਾਰ ਫਿਰ ਉਹਨਾਂ ਦੇ ਪੱਥਰ ਮੁੱਕ ਗਏ ਉੱਥੇ ਤੇ ਮਾਰੀ ਗਏ ਉਹ ਨਾ ਮੁੱਕਣੇ ਤੇ ਉਹਨੇ ਢੇਰ ਲਾਣੇ ਤੇ ਇੱਧਰ ਤੇ ਫਿਰ ਚੜ੍ਹਾਈ ਕੀਤੀ ਚੜ੍ਹ ਗਏ ਇੱਕ ਵਾਰ ਚੜ੍ਹ ਗਏ ਉੱਪਰ ਫਿਰ ਜੀ ਚੱਲਣ ਦੇ ਚੱਲੇ ਡਾਂਗੇ ਜਿੱਦਾਂ ਪੁਆੜੇ ਚੱਲੇ ਆ ਚੱਲਦੇ ਰਹੇ ਮੈਂ ਫਿਰ ਤਾਂ ਪਛਾਣ ਪਛਾਣ ਕਰ ਜਿਹੜੇ ਦੇਖੇ ਬਾਅਦ ਵਿੱਚ ਫਿਰ ਇੱਕ ਆਪਣੇ ਪਿੰਡ ਦੇ ਵੀ ਮਰ ਗਏ ਹੁਣ ਸਾਡੇ ਪਿੰਡ ਦਾ ਕੋਈ ਮਰਿਆ ਨਹੀਂ ਹੈ ਭੋਗੀ ਪਰ ਦਾ ਮਰਿਆ ਇੱਕ ਤੁਸੀਂ ਪਛਾਣਦੇ ਸੀ ਸਾਡੇ ਪਿੰਡ ਦਾ ਨਾ ਮਰੇ ਕੋਈ ਨਾ ਬੰਦਿਆਂ ਨੂੰ ਸਾਰੇ ਜਾਣੀ ਦਾ ਤਾਂ ਸਾਰੇ ਜਾਣਦੇ ਸੀ ਹਾਂ ਸਾਰੇ ਜਾਣਦੇ ਤੇ ਆ ਜਿਹੜੇ ਪਿੰਡ ਦੇ ਬੰਦੇ ਉੱਧਰ ਦੇ ਵੀ ਅੱਖ ਮਾਰਦੇ ਧੂੜੇ ਸਭ ਸਾਡੇ ਬਾਕਵੇ ਹੁੰਦੇ ਆ ਭੱਟੋਂ ਨੂੰ ਵੱਧ ਨੂੰ ਜਾਣਨਾ ਹੈ ਅਤੇ ਬਾਕੀ ਫਿਰ ਉੱਥੇ ਤੇ ਫਿਰ ਕਹਿੰਦੇ ਵੀ ਐਂ ਕਰੋ ਫਿਰ ਉਹਨਾਂ ਨੇ ਲਾਇਆ ਮੈਂ ਤੁਹਾਨੂੰ ਦੱਸਦਾ 7 ਵਜੇ ਧਰੀ ਵੀ ਸੀ ਕੜਾਹਿਆਂ ਦੇ ਵਿੱਚ ਸੱਤ ਜਾਣੀ 7 ਮਾਸ 7 ਜਾਨਵਰਾਂ ਦੇ ਵਿੱਚੇ ਆਦਮੀ ਦਾ ਵਿੱਚੇ ਬੰਦਿਆਂ ਦੇ ਵਿੱਚੇ ਹੋਰ 7 ਵਜੇ ਕਹਿੰਦੇ ਉਹਨੂੰ ਉਹ ਧਰਿਆ ਵਾ ਤਾਂ ਉਹਨਾਂ ਨੂੰ ਕਿਸੇ ਦੋਸਤੀ ਨੇ ਸਮਝਾਇਆ ਵਾ ਤਾਂ ਕਿ ਜੇ ਤੁਸੀਂ ਆਹ ਮਾਸ ਰਿੱਝ ਜਾਵਾ ਖਾ ਗਏ ਫਿਰ ਤੁਹਾਡੀ ਫਟੇ ਹੋ ਜਾਣੀ ਤੁਹਾਨੂੰ ਕੋਈ ਮਾਰ ਨਹੀਂ ਸਕਦਾ ਤੁਹਾਡੀ ਚੜ੍ਹਾਈ ਆ ਫਿਰ ਮੁਸਲਮਾਨਾਂ ਨੂੰ ਫਿਰ ਉਹ ਰਹਿ ਗਿਆ ਕੰਮ ਰਿੱਝਿਆ ਵਾ ਵਿਚਾਲੇ ਚੜ੍ਹਾਈ ਹੋ ਗਈ ਇੱਧਰ ਤੇ ਕਈਆਂ ਪਾਸ ਤਿੰਨਾਂ ਪਾਸੇ ਦੇ ਉਹ ਕੈਂਪ ਦਬਲੇ ਦੇ ਘੇਰਾ ਪਾਇਆ ਮਸੀਤ ਨੂੰ ਤਿੰਨਾਂ ਪਾਸਿਆਂ 'ਤੇ ਕੋਈ ਇੱਧਰ ਤੇ ਕੋਈ ਇੱਧਰ ਤੇ ਕੋਈ ਇੱਧਰ ਤੇ ਫਿਰ ਹੁਣ ਮਸੀਤ ਹੈਗੀ ਉੱਥੇ ਉਹ ਹੈਗੀ ਉਹ ਥੋੜ੍ਹਾ ਜਿਹਾ ਹੈ ਹਾਲੇ ਛੋਟਾ ਜਿਹਾ ਢਾਟੂ ਦਿੱਤੀ ਉੱਥੇ ਜਾਓ ਤੁਹਾਨੂੰ ਯਾਦ ਆ ਜਾਵੇ ਸਾਰਾ ਕੁਛ ਨਾ ਹਾਂ ਸਾਨੂੰ ਤਾਂ ਪਤਾ ਹੀ ਸਾਨੂੰ ਤਾਂ ਯਾਦ ਆ ਤਾਂ ਜੋ ਕੁਛ ਹੋਇਆ ਵਾ ਕਿੰਨੇ ਕੁ ਮਰੇ ਤੁਹਾਡੇ ਹੱਥੋਂ ਸਾਡੇ ਹੱਥੋਂ ਤਾਂ ਉਸ ਟਾਈਮ ਜੋ ਜੀ ਚੇਤਾ ਰਹਿੰਦਾ ਹੱਥੋਂ ਕਦੇ ਸੋੜੇ ਕਦੇ ਕੋਈ ਇਹਦਾ ਮਾਰ ਦਿੱਤਾ ਕੋਈ ਸਹਿਕਦਾ ਇਹਦਾ ਮਾਰਤਾ ਕੋਈ ਇਹਦਾ ਗਡਾਸੀ ਮਾਰ ਦੂਆ ਕਹਿੰਦਾ ਤੂੰ ਸਾਮ ਆਹ ਮੱਟ ਬੋਲ ਲੈ ਮਤਲਬ ਉੱਦਾਂ ਕਿੰਨੇ ਕੁ ਕਤਲ ਹੋਏ ਹੋਣਗੇ ਉੱਥੇ ਹੋ ਗਿਆ ਹੁਣ 100 ਆਦਮੀ ਫਿਰ ਹਾਂ ਇੱਕ ਨਿਕਲੀ ਅੰਦਰੋਂ ਫਿਰ ਕਹਿੰਦੇ ਵੀ ਬਾਹਰ ਦੇ ਤਾਂ ਜਿਹੜੇ ਬਾਹਰ ਮੈਦਾਨ ਵਿੱਚ ਅੰਦਰ ਦਰਵਾਜ਼ਾ ਤਾਂ ਮਸੀਤ ਦਾ ਫਿਰ ਆਖਿਆ ਅੰਦਰ ਭੋਰਾ ਭੋਰਾ ਕਹਿੰਦੇ ਭੈ ਦੇਖੋ ਫਿਰ ਹੁਣ ਭੋਰਾ ਅੰਦਰ ਕਿੱਦਾਂ ਵੜਾਂਗੇ ਫਿਰ ਉਹਦੇ ਦਰਵਾਜ਼ੇ ਦੇ ਮੋਹਰੇ ਸਟੀਰੀਆਂ ਸਿੱਟ ਕੇ ਮਕਾਨਾਂ ਦੀਆਂ ਲੱਕੜਾਂ ਸਿੱਟ ਕੇ ਅੱਗ ਲਾ ਦਿੱਤੀ ਵੀ ਉਹਨਾਂ ਨੂੰ ਧੂੰਆਂ ਲੱਗੂੰਗਾ ਬਾਹਰ ਆਊਂਗੇ ਅੰਦਰ ਵਾਲੇ ਫਿਰ ਇੱਕ ਜਨਾਨੀ ਨਿਕਲੀ ਮੁਸਲਮਾਨਾਂ ਦੀ ਕੁੜੀ ਤੀ ਉਹ ਇੱਥੇ ਜੀ ਨੰਗਲ ਦੀ ਉਹ ਨਿਕਲਦੀ ਜਾਇਦਾਦ ਦੀ ਕੁੜੀ ਤੀ ਉਹ ਨਿਕਲੀ ਫਿਰ ਪੱਖੀ ਝੋਲ ਲੈ ਆਪਣੀ ਪੱਖੀ ਦੂਜੀ ਹੁੰਦੀ ਤੰਬ ਚੁੰਬ ਦੇ ਪਾਈ ਵੀ ਜਿਹੜੀ ਆ ਹੁੰਦੀ ਉਹ ਝੋਲਦੀ ਆਈ ਫਿਰ ਸਾਰੇ ਦੇਖਣ ਲੱਗ ਪਏ ਫਿਰ ਦੁਨੀਆ ਉੱਧਰ ਨੂੰ ਹੋ ਗਈ ਕੱਢ ਲਈ ਫਿਰ ਉਹ ਪੁੱਛਿਆ ਕਹਿੰਦੀ ਅੰਦਰ ਭੋਲਾ ਇੰਨੇ ਆਦਮੀ ਅੰਦਰ ਹੈ ਪੁੱਛ ਗਿੱਛ ਕੇ ਕੋਈ ਤਾਂ ਕਹੇ ਮੈਂ ਕੋਈ ਤਾਂ ਕਹੇ ਇਹ ਪਿੰਡ ਲੈ ਲੈ ਕੋਈ ਤਾਂ ਕਹੇ ਮੈਂ ਲੈ ਜਾਣੀ ਕੋਈ ਕਹੇ ਮੈਂ ਲੈ ਜਾਣੀ ਆਪਣੇ ਆਪਣੇ ਜੀਤਾਂ ਫਿੱਟ ਗਈਆਂ ਸਾਰੀਆਂ ਦੀਆਂ ਇੱਕ ਬੰਦਾ ਵਿੱਚੋਂ ਉੱਧਰ ਹੋ ਗਏ ਲੋਕ ਉਹ ਇੱਕ ਬੰਦਾ ਨਿਕਲ ਗਿਆ ਵਿੱਚੋਂ ਨਿਕਲ ਗਿਆ ਜੀਂਦਾ ਉਹ ਨੱਠਿਆ ਗਿਆ ਦੌੜਿਆ ਫਿਰ ਉਹ ਥੱਲੇ ਜਾ ਕੇ ਫਿਰ ਰਫਲ ਵਾਲਾ ਰਵੇ ਇੱਧਰ ਪਿਛਲੇ ਪਾਸੇ ਉਹਨਾਂ ਫਿਰ ਜਾਂਦੇ ਜਾਂਦੇ ਬਾਰੀ ਫਿਰ ਉਹਨੂੰ ਹੋਰ ਦਿੱਤਾ ਫਿਰ ਉਹ ਜਾ ਕੇ ਜਿਹੜੇ ਵਿੱਚ ਹੋਊਗੇ ਪਤਾ ਨਹੀਂ 10 ਤੇ 5 ਤੇ ਅੱਗ ਲਾ ਦਿੱਤੀ ਮੋਜਾ ਫਿਰ ਬਿਜਲੀ ਬਿੱਤੇ ਹੋ ਗਏ ਕੁੜੀ ਕਿਹਨੇ ਰੱਖੀ ਕੁੜੀ ਫਿਰ ਮਾਰ ਦਿੱਤੀ ਵੀ ਤਾਂ ਵੀ ਕੰਮ ਨੁਕਸਾਨ ਹੋ ਗਿਆ ਸਾਡਾ ਆਪਣਾ ਜੱਟ ਲੜ ਪੈਣੇ ਹਾਂ ਇਹ ਤਾਂ ਫਿਰ ਨੁਕਸਾਨ ਹੋ ਗਿਆ ਫਿਰ ਉਹਨਾਂ ਨੇ ਮੁਸਲਮਾਨਾਂ ਨੇ ਖੂਹਾਂ ਦੇ ਵਿੱਚ ਪਾਣੀ ਸੁੱਟੇ ਵਿੱਚ ਜ਼ਹਿਰ ਪਾ ਕੇ ਪੀ ਪੀ ਨਾ ਬੈਠਾ ਕੋਈ ਜੇ ਪੀ ਲਿਆ ਤਾਂ ਆਪੇ ਮਰੂੰਗੇ ਸਾਨੂੰ ਫਿਰ ਜਿਹੜੇ ਪਾਣੀ ਬੰਦੇ ਉੱਥੇ ਪਲਾਉਂਦੇ ਤੇ ਟੱਪਰੀਆਂ ਥੋੜ੍ਹੀ ਦੂਰ ਘੜੇ ਲਿਆ ਲਿਆ ਕੇ ਉੱਥੇ ਜਿਹੜੇ ਬੇਹੋਸ਼ ਵੀ ਹੋ ਜਾਂਦੇ ਨਾ ਆਦਮੀ
ਆਪਸ ਵਿੱਚ ਵੀ ਦਮ ਚੜ੍ਹਦਾ ਤਾ ਵਾ ਫਿਰ ਉਹਨਾਂ ਨੂੰ ਪਾਣੀ ਧਾਣੀ ਉਹਨਾਂ ਨੂੰ ਟੱਪਰੀਆਂ ਵਾਲੇ ਨੇ ਪਿਲਾਉਣਾ ਫਿਰ ਜਿਹੜਾ ਬੰਦੇ ਸਾਡੇ ਦੋ ਮਰੇ ਮੰਜਿਆਂ ਪਰ ਚੱਕ ਇੱਥੇ ਲਿਆਉਂਦੇ ਇੱਕ ਭੋਗੀ ਪੜਦਾ ਉਹ ਜਿਹੜਾ ਬੰਦਾ ਉਹ ਹਾਂ 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 ਮਰ ਗਏ ਭੋਗੀ ਪੜਦਾ ਇੱਕ ਉੱਥੇ ਤੋਂ ਤਾਕਤ ਕੱਢਦਾ ਅਤੇ ਬਾਕੀ ਕੋਈ ਸਾਡਾ ਬਾਲ ਬਿਲਕੁਲ ਨਹੀਂ ਹੋਇਆ ਜਿਹੜਾ ਮਰਿਆ ਦੂਆ ਤਾਕਤ ਕੱਢਦਾ ਉਹ ਮੇਰਾ ਤਾਂ ਖਿਆਲ ਧੋਖੇ ਨਾਲ ਮਰ ਗਿਆ ਕਹਿੰਦੀ ਮੁਸਲਮਾਨ ਨਹੀਂ ਹੈ ਗੱਲ ਸਮਝ ਲਈ ਮੋਨਾ ਤਾਂ ਬਿਲਕੁਲ ਭੱਜ ਦੀ ਕਢਾਈ ਵੀ ਅਸੀਂ ਫਿਰ ਮੋਰਿਆ ਹਾਂ ਮਰ ਗਏ ਉਹ ਤਾਂ ਜਿਹੜੇ ਮਰ ਗਏ ਖਤਮ ਹੋ ਗਏ ਪਏ ਆ ਕੋਈ ਇੱਧਰ ਨੂੰ ਪਿਆ ਕੋਈ ਇੱਧਰ ਨੂੰ ਪਿਆ ਕੋਈ ਐਂ ਪਿਆ ਕੋਈ ਐਂ ਪਿਆ ਕਿ ਜਬੈਰਾ ਵੱਢਿਆ ਵਾ ਕਿਹਦਾ ਸਿਰ ਵੱਢਿਆ ਵਾ ਕਿਹਦਾ ਇੱਕ ਹਾਂ 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 ਪਛਾਣਿਆ ਇੱਕ ਮਿੰਟ ਦਾ ਮੁੰਡਾ ਦੋ ਪਛਾਣੇ ਅਸੀਂ ਇੱਥੇ ਦਾ ਸਾਡੇ ਪਿੰਡ ਦਾ ਇਹ ਲੋ ਚਾਹੂ ਦਿਨ ਇਹ ਲੋ ਇਹ ਲੋ ਭੀਖੇ ਦਾ ਮੁੰਡਾ ਤਾਂ ਪਛਾਣ ਲਿਆ ਤੁਸੀਂ ਹਾਂ ਐਂ ਨਾ ਇਹ ਗੱਲ ਨਾ ਗੱਲ ਤਾਂ ਜੋ ਖਤਮ ਹੋ ਗਿਆ ਫਿਰ ਗੱਲ ਕਰਨੀ ਹੈ ਗੱਲਾਂ ਤਾਂ ਪਹਿਲੀਆਂ ਸੀਗੀਆਂ ਫਿਰ ਪਹਿਲਾਂ ਜਾਣਦੇ ਤੇ ਸਾਰਿਆਂ ਨੂੰ ਅਤੇ ਨਾ ਅਸੀਂ ਤਾਂ ਹੁਣ ਸਾਡੇ ਹਾਲ ਤਿੰਨ ਹੋਣੇ ਉਹ ਸਾਡਾ ਸਾਡੀ ਤਾਂ ਉਮਰ ਹੁਣ 95 ਦੀ ਜਦ ਤਾਂ ਚੜ੍ਹਦੀ ਉਮਰ ਤਾਂ ਉਹ ਚੜ੍ਹਦੀ ਉਮਰ ਤਾਂ ਹੋਰ ਪਿੰਡ ਵੀ ਗਏ ਤੁਸੀਂ ਹੈਂ ਹੋਰ ਪਿੰਡ ਕਰ ਜਾਣਾ ਉੱਥੇ ਜਦੋਂ ਆ ਗਏ ਸਮਝ ਲਓ ਵੀ 5 ਵਜੇ ਆ ਗਏ ਮੁੜ ਕੇ ਘਰਾਂ ਨੂੰ ਹਾਂ ਉਧਰ ਵੀ ਗਏ ਫਿਰ ਬਾਅਦ ਵਿੱਚ ਫਿਰ ਗਏ ਮਲਕਪੁਰ ਉਹ ਰੋਪੜ ਕੋਲ ਹੈ ਉੱਥੇ ਵੀ ਕੈਂਪ ਲੱਗਿਆ ਵਾ ਤਾਂ ਉੱਥੇ ਵੀ ਲੜਾਈ ਹੋਈ ਉੱਥੇ ਕੈਂਪ ਦੇ ਉੱਪਰ ਲੱਗਿਆ ਵਾ ਤਾਂ ਉਹਨਾਂ ਦਾ ਕੈਂਪ ਅਤੇ ਉਹ ਫਿਰ ਚੜ੍ਹੇ ਅਸੀਂ ਵੀ ਬਾਰਿਸ਼ ਹੋਈ ਵੀ ਸੀ ਬਰਸਾਤ ਸੀਗੀ ਬਾਰਿਸ਼ ਹੋ ਵੀ ਸੀ ਉਹਨਾਂ ਨੇ ਬਾਣੇ ਪਾਏ ਵੀ ਨੰਗਾ ਸਿੰਘਾਂ ਵਾਲੇ ਪਟਕੇ ਬੰਨੇ ਵੀ ਸਾਨੂੰ ਪਛਾਣਨਾ ਵੀ ਮੁਸਲਮਾਨ ਹੈ ਜਕਾਰੇ ਬੁਲਾਉਣ ਤਾਂ ਚਲੇ ਗਏ ਜੀ ਉੱਪਰ ਚਲੇ ਗਏ ਮੀਂਹ ਹੋਇਆ ਵਾ ਤਾਂ ਪਰ ਜਿਹੜਾ ਪਹਾੜੀ ਹੈਗੀ ਆ ਕੋਈ ਖੇਤ ਇੱਥੇ ਕੋਈ ਉੱਪਰ ਉੱਪਰ ਜਦ ਗਏ ਥੋੜ੍ਹੀ ਦੂਰ ਉਹਨਾਂ ਨੇ ਫਿਰ ਇੱਕ ਜਗ੍ਹਾ ਫਲਾੜੀ ਦਾ ਮਾਰਿਆ ਪੱਥਰ ਇੱਥੇ ਵੱਜਿਆ ਉਹਦਾ ਸਾਡੇ ਆਦਮੀ ਦਾ ਉੱਥੇ ਦੇ ਭਾਜ ਪੈ ਗਈ ਫਿਰ ਸਾਰਿਆਂ ਨੂੰ ਉੱਪਰ ਨੱਠੇ ਥੱਲੇ ਨੂੰ ਸਾਰੇ ਥੱਲੇ ਆ ਗਏ ਤਾਂ ਉਹ ਫਿਰ ਮੁਸਲਮਾਨ ਹੈ ਉਹ ਫਿਰ ਇੱਕ ਬੰਦਾ ਚੰਗਾ ਬਜਨ ਦਾ ਝਗੜਾ ਤਾ ਬਿੱਕੋਂ ਦਾ ਤਾ ਉਹ ਫਿਰ ਇੰਦਰਪੁਰੇ ਦਾ ਉਹ ਫਿਰ ਉੱਥੇ ਡਿੱਗ ਪਿਆ ਪਹਾੜਾ ਉਹਦੇ ਨਹੀਂ ਉੱਠ ਹੋਇਆ ਫਿਰ ਉਹਨਾਂ ਨੇ ਫਿਰ ਮਾਰ ਦਿੱਤਾ ਫਿਰ ਤਾਂ ਮਾਰ ਕੇ ਕੱਟ ਕੱਟ ਮੁੜ ਗਿਆ ਪਿੱਛੇ ਨੂੰ ਜਾਨੂ ਫਿਰ ਸੜਕ ਪਰ ਅਸੀਂ ਆਏ ਜਾਨੂ ਪਿੱਛੇ ਤੋਂ ਮਿਲਟਰੀ ਆ ਗਈ ਫਿਰ ਨਾਲਾਗੜ੍ਹ 'ਤੇ ਉਹਨਾਂ ਦੇਖਿਆ ਵੀ ਕਹਿੰਦੇ ਖੜ ਜਾਓ ਅਸੀਂ ਆ ਗਏ ਉਹ ਫਿਰ ਮਿਲਟਰੀ ਦੇਖੀ ਮਿਲਟਰੀ ਫਿਰ ਜਾ ਕੇ ਉੱਪਰ ਉਹਨਾਂ ਨੇ ਮਸ਼ੀਨ ਗੰਨ ਫਿਰ ਫਿੱਟ ਕਰਤੀ ਉਹਨਾਂ ਪਰ ਨੂੰ ਬਾਬਾ ਉਹਨਾਂ ਭੁੰਨ ਦਿੱਤੇ ਫਿਰ ਨੇੜਾ ਹੋ ਪਿਆ ਉਹਨਾਂ ਨੇ ਭੁੰਨ ਦਿੱਤੇ ਹੋਰ ਤਾਂ ਹੁਣ ਐਂ ਤਾਂ ਫਿਰ ਜਗ੍ਹਾ ਜਾਈ ਜਿੱਥੇ ਗਏ ਕੈਂਪਾਂ 'ਚ ਲੜਾਈ ਜਿੱਥੇ ਉੱਥੇ ਗਏ ਜਾਣ ਮਾਤੇ ਦੇ ਐਂ ਤਾਂ ਸਾਰਿਆਂ ਨੂੰ ਪਤਾ ਹੀ ਹੈ ਸਾਨੂੰ ਉਹ ਤਾਂ ਤੁਸੀਂ ਕੋਈ ਲੁੱਟਦੇ ਵੀ ਸੀ ਜਾਂ ਲੁੱਟਿਆ ਸੀ ਕੁਛ ਨਹੀਂ ਹੈ ਹਾਂ ਸਾਡਾ ਇੱਥੇ ਘਰ ਤਾਂ ਲੁੱਟ ਲੈ ਗਏ ਸਾਡੇ ਪਿੰਡ ਨੂੰ ਉਸ ਟਾਈਮ ਤੋਂ ਸਾਨੂੰ ਤਾਂ ਇਹ ਫਿਕਰ ਪਿਆ ਵਾ ਅਸੀਂ ਮੁਸਲਮਾਨ ਦੇ ਵਿੱਚ ਰਹਿੰਦੇ ਹਾਂ ਅਸੀਂ ਜੇ ਲੁੱਟੀਏ ਤਾਂ ਅਸੀਂ ਤਾਂ ਆਪ ਖਤਰੇ ਵਿੱਚ ਹੈ ਹੁਣ ਸਮਝ ਲਈ ਗੱਲਾਂ ਤੋਂ ਆਪ ਦੇਣ ਲਿਖਾ ਦੇ ਤੇ ਫਿਰ ਕਦੇ ਕਹਿਣਾ ਮੱਕੀਆਂ ਦੇ ਵਿੱਚ ਆਹ ਲਓ ਇੰਨਾ ਮਜੀਸ਼ਨ ਲਓ ਅੱਜ ਕੇਸਗੜ੍ਹ 'ਤੇ ਆਏ ਉਹਦੇ ਆਪ ਇਹ ਕਹਿੰਦੇ ਉਹਨੂੰ ਦਬਕਾ ਮਾਰ ਕੇ ਪਿੰਡ ਵਿੱਚੋਂ ਘੁੰਮ ਕੇ ਚੌਕੀਦਾਰ ਮੰਗਣ ਜਕਾਰਾ ਛੱਡ ਕੇ ਆਹ ਇੰਨਾ ਅਸਲ ਲਓ ਇੰਨਾ ਹੋਰ ਆਉਂਦਾ ਇੱਥੇ ਬੈਠੇ ਜੋ ਰਫਲ ਐਂ ਚਲਾ ਦਿਓ ਐਂ ਚਲਾ ਦਿਓ ਟਾਈਮ ਤਾਂ ਸਾਡੇ ਪਰ ਤਾਂ ਬਿਫਤਾ ਸੀ ਬਾਂਡੇ ਜਿਹੜੇ ਪਿੰਡ 'ਤੇ ਨਾ ਹੋਰ ਹੋਰ ਜਿਹੜੇ ਪਿੰਡ ਲੁੱਟਣ ਵਾਲੇ 'ਚ ਉਹ ਲੈ ਗਏ ਆਹ ਬੈਂਸ ਵਗਾਰਾ ਹੋਰ ਜਿਹੜੇ ਉਹ ਲੈ ਗਏ ਕੋਈ ਹੋਊਗਾ ਵੀ ਗੁਪਤ ਇੱਥੇ ਬੈਸਾ ਜੀ ਨਹੀਂ ਕਹਿ ਸਕਦੇ ਕੋਈ ਮੁੜ ਕੇ ਵੀ ਆਇਆ ਪਿੰਡ ਦੇਖਣ ਆਪਣਾ ਪਿੰਡ ਦਾ ਭਾਈ ਆਏ ਤਾਂ ਤੇ ਬੰਦੇ ਦੋ ਮੁੰਡੇ ਤੁਹਾਨੂੰ ਮਿਲੇ ਅੰਬੇ ਦੇ ਕੇ ਸਾਡੇ ਕੋਲ ਆ ਕੇ ਗਏ ਪਤਾ ਕੱਢਣਾ ਤੈਨੂੰ ਹਕੀਮ ਜੀ ਬੁਲਾਇਆ ਤਾਂ ਆ ਕੇ ਗਏ ਆਹੋ ਆਇਆ ਤਾਂ ਹਾਂ ਮੈਂ ਘਰੀ ਆ ਕੇ ਗਿਆ ਇੱਥੇ ਉਹ ਫਿਰ ਉਧਰ ਜੰਮਿਆ ਫਿਰ ਉਹ ਹੈ ਛੋਟਾ ਸੀਗਾ ਉਹ ਥਾ ਫੱਤੂ ਦਾ ਨਾ ਕੋਲੂ ਸੀਗਾ ਪਿੰਡ 'ਚ ਮਰਾਸੀ ਮਰਾਸੀ ਵੀ ਸੀਗੇ ਕੀ ਨਾਂ ਸੀ ਮਰਾਸੀ ਸੀਗਾ ਨੂਰ ਮੱਤਾ
ਕਿੰਨਾ ਕੁ ਮਸ਼ਹੂਰ ਸੀ? ਮਾ ਮਸ਼ਹੂਰ ਹੈ ਸਾ ਬਾਜਾ ਬੂਜਾ ਰੱਖਿਆ ਵਾ ਸੋੜਾ ਚੰਗਾ ਤਾਂ ਦੋ ਤਿੰਨ ਘਰ ਤੇ ਬਰਾਸੀਆਂ ਦੇ ਇੱਕ ਘਰ ਤੇਲੀਆਂ ਦਾ ਕੋਲੇ ਤਾਂ ਇੱਥੇ ਕਈ ਉਹਦਾ ਕੀ ਨਾਂ ਸੀ? ਇਹ ਤੇਲੀਆਂ ਦਾ ਘਰ ਚੰਦੂ ਚੰਦੂ ਅੱਛਾ ਬਾਬਾ ਜੀ ਇੱਕ ਗੱਲ ਆ ਹੁਣ 70 ਸਾਲ ਹੋ ਗਏ ਹਾਂ ਕਦੀ ਮਤਲਬ ਉਹ ਜਿਹੜੇ ਜਿੱਥੇ ਲੜਾਈ ਹੋਈ ਉਹ ਲੜਾਈ ਦਾ ਸੀਨ ਚੇਤੇ ਆਉਂਦਾ ਕਦੀ? ਸਾਨੂੰ ਤਾਂ ਪਤਾ ਹੀ ਆ ਸਾਹਿਬ ਵੀ ਐਂ ਤੇ ਇੱਧਰ ਚੜੇ ਇੱਧਰ ਚੜੇ ਇੱਧਰ ਚੜੇ ਸਾਨੂੰ ਪਤਾ ਹੀ ਆ ਜਿਹੜੇ ਤੁਸੀਂ ਤੁਹਾਡੇ ਹੱਥੋਂ ਮਰ ਗਏ ਜਾਂ ਮਾਰਨੇ ਪੈ ਗਏ? ਆਹੋ ਮਾਰ ਗਏ ਹੁਣ ਇੱਕ ਨੂੰ ਸੋਚੇ ਮਾਰਨਾ ਕੋਈ ਪਛਤਾਵਾ ਤਾਂ ਨਹੀਂ ਹੋਇਆ? ਲਾ ਹੁਣ ਪਛਤਾਵਾ ਜਦ ਉਹ ਵੀ ਆ ਉਹ ਵੀ ਉਹਨਾਂ ਨੇ ਵੀ ਮਾਰੇ ਸਾਡੇ ਉਹਨਾਂ ਨੇ ਗੱਡੀਆਂ ਘੱਲੀਆਂ ਜਾਣੀ ਅਸੀਂ ਤਾਂ ਜਦ ਵਜੇ ਦੇ ਮੁਕਾਬਲੇ ਚੱਲਦਾ ਸਾਨੂੰ ਮਾਰਦਾ ਮਗ ਉਹ ਸਾਨੂੰ ਮਾਰਦਾ ਅਸੀਂ ਉਹਨੂੰ ਮਾਰਦੇ ਪਤਾ ਮੁਕਾਬਲਾ ਹੋ ਗਿਆ ਅਤੇ ਕੁੜੀਆਂ ਵੀ ਕਾਫੀ ਚੱਕੀਆਂ ਗਈਆਂ ਕਹਿੰਦੇ ਉਦੋਂ? ਕੁੜੀਆਂ ਤਾਂ ਬਾਈ ਕੋਈ ਨਹੀਂ ਸੁਣੀਆਂ ਚੱਕੀਆਂ ਗਈਆਂ ਕੋਲੀਆਂ ਤਾਂ ਕੋਈ ਨਹੀਂ ਚੱਕੀਆਂ ਸੁਣੀਆਂ ਅਸੀਂ ਝੂਠਾ ਬਚਨ ਤਾਂ ਕਰ ਜਿੰਨਾ ਅਸੀਂ ਦੇਖਿਆ ਉਹਨਾਂ ਅੱਗੇ ਕਹਾਂਗੇ। ਹਾਂ ਚਲੋ ਬਾਬਾ ਜੀ ਕੋਈ ਹੋਰ ਪੁਰਾਣੀ ਇੱਦਾਂ ਦੀ ਗੱਲ ਚੇਤੇ ਆਉਂਦੀ ਹੋਵੇ? ਹੋਰ ਤਾਂ ਬਸ ਚੇਤੇ ਇਹੀ ਆ ਵੀ ਸਭ ਕੁਝ ਦੇਖ ਲਿਆ ਖਾ ਪੀ ਲਿਆ ਹੁਣ ਚੇਤਾ ਸ਼ਰਾਬ ਬਥੇਰੀ ਕੱਢੀ ਕੱਢੀ ਪਲਾਈ ਪੀਤੀ ਬੱਕਰੇ ਝਟ ਕੇ ਫਿਰ ਹਾਂ ਫਿਰ ਬਾਰਿਸ਼ ਆਉਂਦੀ ਉਹਦੇ ਬਹੁਤ ਉਸ ਟਾਈਮ ਫਿਰ ਇੱਕ ਬਾਰਿਸ਼ ਹੋਈ ਕੋਈ 4-5 ਦਿਨ ਬਹੁਤ ਜ਼ਿਆਦਾ ਫਿਰ ਅਸੀਂ ਗਏ 4-5-6 ਆਦਮੀ ਦੇਖਣ ਗਏ ਸੀਨ ਉੱਥੇ ਹਾਂ ਜਿੱਥੇ ਮਾਰੇ ਜੀ ਉੱਥੇ ਫਿਰ ਗਏ ਫਿਰ ਉੱਥੇ ਜਿੱਦਾਂ ਬਾਰਿਸ਼ ਨਾ ਫੜ ਫੜ ਗਏ ਕਲੇਰ ਪਏ ਕੋਈ ਅੱਧ ਨੂੰ ਪਿਆ ਕਲੇਰ ਕੋਈ ਅੱਧ ਨੂੰ ਪਿਆ ਕੋਈ ਅੱਧ ਜਾਣੀ ਵੀ ਜੇ ਬਾਰਿਸ਼ ਨਾ ਹੁੰਦੀ ਬਿਮਾਰੀ ਪੈ ਸਕਦੀ ਸੀ ਹਾਲਾਤ ਇੱਦਾਂ ਦੇ ਹੋਏ ਤੇ ਇਹ ਗੱਲਾਂ ਇਹ ਬਾਤਾਂ ਦੇਖਣ ਕੀ ਗਏ ਸੀ ਫਿਰ ਹੈਂ ਦੇਖਣ ਉੱਧਰ ਦੇਖਣ ਗਏ ਤੇ ਮੁੰਡੇ ਖੁੰਡੇ ਤੇ ਜਦ ਉੱਧਰ ਮੁਸਲਮਾਨ ਦਲ ਦੇ ਇੱਜੜ ਤੇ ਬੱਕਰੇ ਬੁੱਕਰੇ ਖਾਂਦੇ ਨੇ ਸਾਰੇ ਕੋਈ ਪੁੱਛਦਾ ਤਾ ਮੈਂ ਸਾਫ਼ ਗੱਲਾਂ ਕਰਦਾ ਮੈਂ ਉਹੀ ਨਹੀਂ ਕਰਦਾ ਬੱਕਰਾ ਛੇਲੇ ਇੱਜੜ ਜਗੋ ਮਾਰ ਕੇ ਨਹੀਂ ਆਪ ਨਾਲ ਮੈਂ ਡਰ ਪਿਆ ਵਾ ਛੇਲੇ ਲੈ ਆਏ ਫੜ ਕੇ ਇੱਥੇ ਘਰ ਤਾਂ ਇੱਕ ਹੋਰ ਬੰਦੇ ਵਾਲਾ ਇਹਨੂੰ ਪਤਾ ਹੀ ਆ ਉੱਥੇ ਫਿਰ ਝਟਕੇ ਚੱਲਣ ਦੇ ਫਿਰ ਠੀਕ ਚਲੋ ਜੀ ਤੁਸੀਂ ਮਤਲਬ 47 'ਚ ਪੂਰੇ ਸਰਗਰਮ ਰਹੇ ਮੈਂ ਕਿਹਾ ਸਰਗਰਮ ਗਿਆ ਐਨ ਦੋ ਤਿੰਨ ਆਦਮੀ ਬਦਮਾਸ਼ ਤੇ ਜਗਪੁਰ ਸਾਹਿਬ ਦੇ ਮਰੋਲੀ ਦਾ ਤਾਂ ਬਤਨੂੰ ਇਹ ਸਭ ਨੂੰ ਜਾਣਦੇ ਉਹ ਆਏ ਜਾਗਰ ਜੁਗਰ ਹੋ ਰਹੀ ਉਹਨਾਂ ਨੇ ਫਿਰ ਬਹੁਤ ਫੈਲ ਕੀਤੇ ਉਹ ਬਦਮਾਸ਼ ਚੰਗੇ ਤੇ ਪਰ ਪੁਲਿਸ ਨੇ ਮਾਰ ਦਿੱਤੇ ਸੀ ਮੌਕੇ ਦੇ ਪੁਲਿਸ ਨੇ ਮਾਰ ਦਿੱਤੇ ਆਪਸੀ ਵਿੱਚ ਹੀ ਫਿਰ ਹੋ ਗਏ ਨਾ ਲੱਗ ਚੁੱਕ ਵਾਲੇ ਆਹ ਗੱਲਾਂ ਹੋਈਆਂ ਚਲੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਧੰਨਵਾਦ ਕਿ ਤੁਹਾਨੂੰ ਗੱਲਾਂ ਦੱਸੀਆਂ ਅਜੇ ਤਾਂ ਕੋਈ ਨਹੀਂ ਹੈ ਅਸੀਂ ਗੱਲਾਂ ਦੱਸੀਆਂ ਵੀ ਅਸੀਂ ਖੁਦ ਤੇ ਬਾਕੀ ਦਾ ਪੰਜੀਰੀਆਂ ਸਭ ਇੱਥੇ ਬਾਅਦ ਜੀ ਵਿਆਹ ਤੁਹਾਡਾ ਪਹਿਲਾਂ ਹੋ ਗਿਆ ਸੀ ਪਾਰਟੀਸ਼ਨ ਤੋਂ ਵਿਆਹ ਬਾਅਦ ਕਿਹੜੇ ਪਿੰਡ ਹੋਇਆ ਜੀ ਗਰੇਆਲ ਵਿਆਹ ਤਾਂ ਦੋ ਹੋ ਲਏ ਇੱਕ ਗਰੇਆਲ ਤੇ ਵੀ ਉਹ ਮਰ ਗਏ ਇਹ ਬਾਅਦ ਤਾਂ ਦੋਵੇਂ ਗਏ ਇਹ ਖੁਦ ਤੇ ਹੋਇਆ ਵਿਆਹ ਹੋ ਗਏ ਚਲੋ ਬਾਬਾ ਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ